ਮੌਸਮ ਤਕਰੀਬਨ ਜੇ ਮੰਨ ਕੇ ਚੱਲੀਏ ਤਾਂ ਖਰਾਬ ਹੋ ਚੁੱਕਿਆ ਅਤੇ ਸਾਡੀ ਵੀ ਕੋਸ਼ਿਸ਼ ਇਹ ਆ ਵੀ ਜਲਦੀ ਤੋਂ ਜਲਦੀ ਇੱਥੇ ਨਿਕਲੀਏ ਅਤੇ ਮਗਰ ਵੀ ਤਕਰੀਬਨ ਸਾਰੇ ਬੱਦਲ ਆ ਚੁੱਕੇ ਨੇ ਅਤੇ ਉੱਪਰ ਪਹਾੜਾਂ ਦੇ ਜੇ ਤੁਹਾਨੂੰ ਕੈਮਰੇ 'ਚ ਦਿਖਦਾ ਹੋਵੇ ਆਹ ਸਾਹਮਣੇ ਜੀ ਪਹਾੜੀਆਂ ਨੇ ਨਾਕੋ ਦੀਆਂ ਜਿੱਥੇ ਅਸੀਂ ਜਾਣਾ ਵਾ ਇਹ ਜਗ੍ਹਾ ਦੇ ਉੱਤੇ ਆਹ ਉੱਪਰ ਲਾਈਟ ਸਨੋ ਹੋ ਰਹੀ ਆ ਇਹ ਉੱਪਰਲੇ ਜੰਗਲ ਆ ਉਹਦੇ ਵਿੱਚ ਬੱਦਲ ਤਕਰੀਬਨ ਪੂਰੇ ਘਿਰ ਚੁੱਕੇ ਆ ਅਤੇ ਮੌਸਮ ਖਰਾਬ ਹੋ ਚੁੱਕਿਆ ਇੱਥੇ 3:30 ਦਾ ਟਾਈਮ ਆ ਅਤੇ ਅਸੀਂ ਵੀ ਹੁਣ ਜਲਦੀ ਤੋਂ ਜਲਦੀ ਨਿਕਲਦੇ ਹਾਂ ਇੱਥੋਂ ਪੀਲੀ ਤੋਂ ਹੁਣ ਨਿਕਲ ਲੱਗੇ ਅੱਗੇ ਸ਼ਿਮਲੇ ਦੇ ਲਈ ਫਰੈਸ਼ ਹੋ ਗਿਆ ਹੁਣ ਅਗਲਾ ਸਟੋਪ ਦੇਖਦੇ ਹਾਂ ਸ਼ਿਮਲੇ ਲੰਮਾਂਗੇ ਜਾਂ ਸ਼ਿਮਲੇ ਤੋਂ ਕ੍ਰੋਸ ਕਰਕੇ ਅਤੇ ਜਿਵੇਂ ਵੀ ਹੋਊਗਾ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਆਹ ਫਾਇਦਾ ਹੁੰਦਾ ਜੀ ਜਿੱਦਾਂ ਆਪਾਂ ਰੈਂਡਮ ਦਿਨਾਂ ਦੇ ਵਿੱਚ ਕਿਤੇ ਆਉਂਦੇ ਜਿਵੇਂ ਅੱਜ ਮੰਡੇ ਆ ਜਾਣੀ ਕਿ ਸੋਮਵਾਰ ਅਤੇ ਤੁਸੀਂ ਆਪ ਹੀ ਦੇਖ ਲਓ ਰੋਡ 'ਤੇ ਇਸ ਟਾਈਮ ਪੂਰਾ ਪੀਕ ਹੁੰਦਾ ਵੀ ਜਾਣੀ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਆਹ ਟਾਈਮ ਦੇ ਉੱਪਰ ਅਤੇ ਲੋਕ ਆ ਰਹੇ ਨੇ ਹੁੰਦੇ ਜਾ ਰਹੇ ਹੁੰਦੇ ਨੇ ਪਰ ਆਹ ਤੁਸੀਂ ਦੇਖ ਲਓ ਹੁਣ ਤਕਰੀਬਨ ਸ਼ਾਮ ਦੇ 6:15 ਦੇ ਆਸ ਪਾਸ ਟਾਈਮ ਹੋ ਚੁੱਕਿਆ ਅਤੇ ਕਿੰਨੇ ਕੁ ਸਾਨੂੰ ਕਰਾਊਡ ਆਏ ਜਾਂ ਕਿੰਨੇ ਕੁ ਆਪਾਂ ਕਹਿ ਸਕਦੇ ਟ੍ਰੈਫਿਕ ਆ ਕੋਈ ਟੁੱਟਵੀਂ ਜਿਹੀ ਗੱਡੀ ਆਉਂਦੀ ਜਾਂਦੀ ਦੱਸਦੀ ਆ ਇਹ ਫਰਕ ਹੁੰਦਾ ਤਾਂ ਹੀ ਅਸੀਂ ਤੁਹਾਨੂੰ ਅੱਗੇ ਵੀ ਆ ਬਲੌਗ ਦੇ ਵਿੱਚ ਇਹੀ ਚੀਜ਼ ਕਹਿੰਦੇ ਹੁੰਦੇ ਵੀ ਜਦੋਂ ਤੁਸੀਂ ਮੋਸਟਲੀ ਹੈ ਨਾ ਅੱਗੇ ਤੋਂ ਕਦੇ ਵੀ ਟਰੈਵਲ ਦਾ ਪਲੈਨ ਬਣਾਓ ਤਾਂ ਉਹ ਕੋਸ਼ਿਸ਼ ਕਰੋ ਕਿ ਵਰਕਿੰਗ ਡੇ ਹੋਣ ਉਸ ਦਿਨ ਠੀਕ ਹੈ ਨਾ ਤਾਂ ਮੰਡੇ ਤੋਂ ਸਟਾਰਟ ਕਰੋ ਤਾਂ ਮੱਚ ਬੈਟਰ ਆ ਕਿਉਂਕਿ ਇੱਕ ਤੁਹਾਨੂੰ ਰੂਮ ਸਸਤੇ ਮਿਲਣਗੇ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਆਏਗੀ ਅਤੇ ਇਹ ਕਾਫੀ ਚੀਜ਼ਾਂ ਦਾ ਫਰਕ ਪੈਂਦਾ ਵਾ ਪਾਰਕਿੰਗ ਦੀ ਤੁਹਾਨੂੰ ਸਹੀ ਰਹੂਗਾ ਪਾਰਕਿੰਗ ਲਈ ਵੀ ਭੱਜ ਨੱਠ ਨਹੀਂ ਕਰਨੀ ਪਏਗੀ ਕਿਉਂਕਿ ਹਿੱਲ ਸਟੇਸ਼ਨ 'ਤੇ ਮੇਨ ਇਸ਼ੂ ਪਾਰਕਿੰਗ ਦਾ ਹੀ ਹੁੰਦਾ ਲਾਈਟਾਂ ਲੱਗ ਚੁੱਕੀਆਂ ਨੇ ਅਸੀਂ ਸੋਲਨ ਕ੍ਰੋਸ ਕਰਤਾ ਅਤੇ ਸ਼ਿਮਲਾ ਤਕਰੀਬਨ ਅਜੇ ਪਿਆ ਵਾ 2 ਘੰਟੇ ਦਾ ਰਸਤਾ ਇੱਥੋਂ ਅਤੇ ਇਹ ਰੋਡ 'ਤੇ ਕੰਮ ਚੱਲ ਰਿਹਾ ਇੱਕ ਸਾਈਡ 'ਤੇ ਜੇ ਮੰਨ ਕੇ ਚੱਲੀਏ ਆਪਾਂ 2 ਕੁ ਸਾਲ ਦੇ ਵਿੱਚ ਇਹ ਪੂਰਾ ਰੋਡ ਡਬਲ ਰੋਡ ਹੋ ਜਾਏਗਾ ਅਤੇ ਲੱਗਦਾ ਕਾਫੀ ਪ੍ਰੋਗਰੈਸ ਆ ਜਿਵੇਂ ਹੁਣ ਇਹ 3 ਕੁ ਮਹੀਨੇ ਪਹਿਲਾਂ ਆਏ ਸੀ ਉਸ ਹਿਸਾਬ ਨਾਲ ਹੁਣ ਕਾਫੀ ਸਪੀਡ ਫੜੀ ਹੋਈ ਆ ਕੰਮ ਨੇ ਅਤੇ ਓਵਰਆਲ ਤਾਂ ਤੁਹਾਨੂੰ ਪਤਾ ਹੀ ਆ ਰੋਡ ਸਾਰਾ ਹੀ ਵਧੀਆ ਹੈ ਸ਼ਿਮਲਾ ਤੋਂ ਆਪਣਾ ਨਾਕੋ ਤੱਕ ਹੀ ਤਕਰੀਬਨ ਵਧੀਆ 12:30 ਦੇ ਆਸ ਪਾਸ ਅਸੀਂ ਘਰੋਂ ਚੱਲੇ ਸੀ ਅਤੇ ਉਸ ਹਿਸਾਬ ਨਾਲ ਪਤਾ ਹੀ ਸੀ ਵੀ 10:30 ਦਾ ਗੂਗਲ ਮੈਪ ਦਿਖਾਉਂਦਾ ਸੀ ਟਾਈਮ ਵੀ 10:30 ਤੁਹਾਨੂੰ ਸਾਨੂੰ ਪਹੁੰਚਣ ਹੋ ਜਾਣਾ ਨਾਰਕੰਡਾ ਅਤੇ ਲਾਈਟਾਂ ਹੁਣ ਸਾਨੂੰ ਇੱਥੇ ਹੀ ਲੱਗ ਗਈਆਂ ਅਤੇ ਥੋੜ੍ਹਾ ਹੁਣ ਸਪੀਡ ਵੀ ਘੱਟ ਰੱਖ ਕੇ ਚੱਲਣਾ ਪੈਣਾ ਅਤੇ ਰੋਡ ਤਾਂ ਓਵਰਆਲ ਵਧੀਆ ਹੀ ਆ ਪਰ ਫਿਰ ਥੋੜ੍ਹਾ ਧਿਆਨ ਰੱਖ ਕੇ ਚੱਲਣਾ ਪੈਂਦਾ ਵਾ ਪਹਾੜਾਂ ਦੇ ਵਿੱਚ ਕਿਉਂਕਿ ਆਪਾਂ ਨੂੰ ਇੰਨੀ ਆਦਤ ਨਹੀਂ ਹੁੰਦੀ ਅਤੇ ਆਪਾਂ ਪੱਧਰੇ 'ਤੇ ਗਰਾਊਂਡ 'ਤੇ ਜ਼ਿਆਦਾ ਡਰਾਈਵਿੰਗ ਕਰਦੇ ਕਰਕੇ ਅਤੇ ਜਿਵੇਂ ਹੁਣ ਲੱਗਦਾ ਹੁਣ ਦੇਖਦੇ ਹਾਂ ਰੋਟੀ ਪਾਣੀ ਆ ਜਾਂ ਤਾਂ ਸ਼ਿਮਲੇ ਖਾਵਾਂਗੇ ਕਿਉਂਕਿ ਨਾਰਕੰਡਾ ਤਾਂ ਪਹੁੰਚਦੇ ਅਸੀਂ ਲੇਟ ਹੋ ਜਾਣਾ ਅਤੇ ਉੱਥੇ ਜਾ ਕੇ ਤਾਂ ਫਿਰ ਇੱਦਾਂ ਹੀ ਹੋਇਆ ਵੀ ਜਾ ਕੇ ਸੌਂ ਜਾਈਏ ਅਤੇ ਕੱਲ੍ਹ ਨੂੰ ਵੀ ਅਸੀਂ ਟਾਈਮ ਨਾਲ ਨਿਕਲਣਾ ਵਾ ਅਤੇ ਬਾਕੀ ਜਿਵੇਂ ਹੁੰਦੀ ਅਪਡੇਟ ਤੁਹਾਨੂੰ ਦਿੰਦੇ ਹਾਂ ਤਾਂ ਚਹਿਲ ਨੂੰ ਕੱਟ ਜਾਂਦਾ ਜੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਦਾ ਉਹ ਆਪਣਾ ਮਹਿਲ ਬਣਿਆ ਹੋਇਆ ਬਹੁਤ ਵਧੀਆ ਲੋਕੇਸ਼ਨ ਆ ਮੈਂ ਦੇਖਿਆ ਅਸੀਂ ਇੱਕ ਬਲੌਗ ਵੀ ਬਣਾਇਆ ਸੀ ਪਰ ਮੈਨੂੰ ਸ਼ੋਰ ਨਹੀਂ ਵੀ ਯਾਦ ਨਹੀਂ ਅਤੇ ਆਹ ਸਿੱਧਾ ਰਸਤਾ ਜਾ ਰਿਹਾ ਸ਼ਿਮਲਾ ਅਤੇ ਇੱਥੋਂ 35 ਕਿਲੋਮੀਟਰ ਚਹਿਲ ਆ ਅਤੇ ਇੰਨਾ ਕੀ ਸ਼ਿਮਲਾ ਰਹਿ ਜਾਂਦਾ ਜਗ੍ਹਾ ਤੋਂ ਅਤੇ ਅਸੀਂ ਪਰ ਸ਼ਿਮਲਾ ਬਾਈਪਾਸ ਨਿਕਲ ਜਾਣਾ ਵਾ ਸ਼ਿਮਲੇ ਦੇ ਵਿੱਚ ਐਂਟਰ ਨਹੀਂ ਹੋਣਾ ਸਾਈਡ ਤੋਂ ਨਿਕਲ ਜਾਂਗੇ ਅਤੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਇਹ ਸ਼ਿਮਲਾ ਸ਼ਹਿਰ ਆ ਤਕਰੀਬਨ ਰਾਤ ਦਾ ਟਾਈਮ ਹੋ ਚੁੱਕਿਆ ਹੁਣ 7:30 ਦੇ ਆਸ ਪਾਸ ਦਾ ਅਤੇ ਇੱਥੋਂ ਜਿੱਥੇ ਅਸੀਂ ਅੱਗੇ ਜਾਣਾ ਨਾਰਕੰਡਾ ਉਹ ਤਕਰੀਬਨ ਇੱਥੋਂ 2 ਘੰਟੇ ਦਾ ਰਸਤਾ ਅਤੇ ਸੋਚਿਆ ਰਾਹ ਦੇ ਵਿੱਚ ਅਸੀਂ ਰੁਕੇ ਸੀ ਉਹ ਸਾਹਮਣੇ ਗੱਡੀ ਪਾਰਕ ਕੀਤੀ ਆ ਅਤੇ ਵੀ ਤੁਹਾਨੂੰ ਵਿਊ ਦਿਖਾ ਦਈਏ ਬਹੁਤ ਸੋਹਣਾ ਵਿਊ ਲੱਗਿਆ ਬਾਈਪਾਸ ਹੋ ਕੇ ਜੀ ਅਸੀਂ ਹੁਣ ਨਾਰਕੰਡ ਵਾਲੇ ਰੋਡ 'ਤੇ ਨਿਕਲ ਗਏ ਸੀ ਰਾਹ 'ਚ ਨੀਂਦ ਜੀ ਆਉਣ ਲੱਗ ਗਈ ਸੀਗੀ ਤਾਂ ਰੋਕਿਆ ਵੀ ਚਾਹ ਚੂ ਪੀ ਕੇ ਚੱਲੀਏ ਅਤੇ ਹੁਣ ਇੱਥੋਂ ਰਹਿ ਗਿਆ ਤਕਰੀਬਨ 2 ਘੰਟੇ ਦਾ ਰਸਤਾ 8:30 ਦਾ ਟਾਈਮ ਹੋ ਚੁੱਕਿਆ ਵਾ ਅਤੇ ਅੱਗੇ ਰੂਮ ਵਗੈਰਾ ਦਾ ਦੇਖਦੇ ਹਾਂ ਜੋ ਕਿ ਸੈਟਿੰਗ ਹੋ ਗਈ ਜਾਂ ਔਨਲਾਈਨ ਬੁੱਕ ਕਰਵਾ ਕੇ ਵੀ ਜਾ ਕੇ ਉੱਥੇ ਨਾ ਖੱਜਲ ਹੋਣਾ ਪਵੇ ਦਿਨ 'ਤੇ ਨਵੇਂ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਆ ਅਸੀਂ ਪਹੁੰਚ ਚੁੱਕੇ ਹਾਂ ਜੀ ਨਾਰਕੰਡਾ ਨਾਰਕੰਡਾ ਸ਼ਿਮਲੇ ਤੋਂ 65 ਕਿਲੋਮੀਟਰ ਅੱਗੇ ਆ ਅਤੇ ਅਸੀਂ ਜਾ ਰਹੇ ਹਾਂ ਜੀ ਕਾਜਾ ਜਾਣੀ ਕਿ ਸਪਿਟੀ ਵੈਲੀ ਦੇ ਵਿੱਚ ਅਤੇ ਕੱਲ੍ਹ ਰਾਤ ਤਕਰੀਬਨ ਅਸੀਂ ਇੱਥੇ ਪਹੁੰਚ ਗਏ ਸੀਗੇ 10:30 ਦੇ ਆਸ ਪਾਸ ਕਿਉਂਕਿ ਇਹ ਆਪਣੇ ਪੰਜਾਬ ਤੋਂ ਵੀ ਕਾਫੀ ਲੇਟ ਚੱਲੇ ਸੀ ਅਤੇ ਪੈਂਦੇ ਕਰਦਿਆਂ ਨੂੰ 12:30 ਦਾ ਟਾਈਮ ਹੋ ਗਿਆ ਸੀ ਅਤੇ ਹੁਣ ਅਸੀਂ ਨਾਰਕੰਡਾ ਵਾਂ ਅਤੇ ਸੁਬਾਹ ਦੇ ਟਾਈਮ ਹੋ ਚੁੱਕਿਆ 7 ਵਜੇ ਦਾ ਅਤੇ ਇੱਥੇ ਇਸ ਟਾਈਮ ਟੈਂਪਰੇਚਰ ਹੈ 12 ਡਿਗਰੀ ਦੇ ਆਸ ਪਾਸ ਅਤੇ ਤਕਰੀਬਨ ਹੁਣ ਇੱਥੋਂ ਚਾਹ ਪਾਣੀ ਪੀ ਕੇ ਅਸੀਂ ਅੱਗੇ ਨੂੰ ਨਾਕੋ ਦੀ ਅੱਜ ਨਾਕੋ ਜਿਹੜੀ ਸਾਡੀ ਸਟੇ ਆ ਨਾਕੋ ਦੇ ਵਿੱਚ ਹੋਏਗੀ ਅਤੇ ਨਾਕੋ ਦੇ ਵਿੱਚ ਜੋ ਇਸ ਟਾਈਮ ਟੈਂਪਰੇਚਰ ਚੱਲ ਰਿਹਾ ਕੱਲ੍ਹ ਰਾਤ ਅਸੀਂ ਚੈੱਕ ਕੀਤਾ ਸੀ -13 ਸੀ ਅਤੇ ਰਸਤਾ ਬਹੁਤ ਸੋਹਣਾ ਬਹੁਤ ਸੋਹਣੇ ਸਿਨਰੀਆਂ ਨੇ ਤੁਹਾਨੂੰ ਵੀ ਨਾਲ ਦੀ ਨਾਲ ਅਪਡੇਟ ਦਿੰਦੇ ਚੱਲਾਂਗੇ ਪੰਜਾਬ ਤੋਂ ਵੀ ਅਸੀਂ ਜਦੋਂ ਆਏ ਹਾਂ ਉਹ ਵੀ ਅਸੀਂ ਥੋੜ੍ਹੇ ਕਲਿੱਪ ਬਣਾਏ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਅਤੇ ਮੋਸਟ ਪ੍ਰੋਪਰਲੀ ਜਿਹੜੇ ਹੁਣ ਤੁਹਾਨੂੰ ਵਿਊ ਮਿਲਣਗੇ ਉਹ ਜਦੋਂ ਆਪਾਂ ਨਾਰਕੰਡਾ ਤੋਂ ਚੱਲਦੇ ਹਾਂ ਉਸ ਟਾਈਮ ਹੀ ਮਿਲਦੇ ਨੇ ਅਤੇ ਕਿਉਂਕਿ ਉਹ ਰਸਤਾ ਕਾਫੀ ਵਧੀਆ ਇੱਥੋਂ ਤੋਂ ਨਾਕੋ ਤੱਕ ਦਾ ਅਤੇ ਰਸਤੇ ਦੇ ਵਿੱਚ ਰਕੌਂਗ ਪਿਓ ਵਗੈਰਾ ਆਉਂਦਾ ਅਤੇ ਬਾਕੀ ਆਹ ਸਾਡਾ ਰੂਮ ਸੀ ਰਾਤ ਜਿੱਥੇ ਅਸੀਂ ਸਟੇਅ ਕੀਤਾ ਸੀ
ਅਤੇ ਇੱਥੋਂ ਹੁਣ ਅੱਜ ਅਸੀਂ ਤਕਰੀਬਨ ਨਿਕਲਣ ਲੱਗੇ ਹਾਂ ਹੁਣ 10-15 ਮਿੰਟ ਦੇ ਵਿੱਚ ਅਤੇ ਨਾਲ ਜੁੜੇ ਰਹੋ। ਵੀਡੀਓ ਬਹੁਤ ਵਧੀਆ ਬਣੀ, ਬਹੁਤ ਵਧੀਆ ਵਧੀਆ ਤੁਹਾਨੂੰ ਲੋਕੇਸ਼ਨਾਂ ਦਿਖਾਵਾਂਗੇ, ਅਨਟੱਚ ਲੋਕੇਸ਼ਨਾਂ, ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਊਗੀ। ਪਿੰਡਾਂ ਦੇ ਵਿੱਚ ਇੱਕ ਜਿਹੜਾ ਮੇਨ ਇਸ਼ੂ ਆ ਤਕਰੀਬਨ ਉਹ ਹਿੱਲ ਸਟੇਸ਼ਨ ਸਾਰਿਆਂ 'ਤੇ ਹੀ ਆ ਕਿ ਇੱਥੇ ਪਾਰਕਿੰਗ ਦਾ ਇਸ਼ੂ ਆ, ਇੱਥੇ ਪਾਰਕਿੰਗ ਨਹੀਂ ਤੁਹਾਨੂੰ ਮਿਲਦੀ ਪ੍ਰੋਪਰ। ਅਤੇ ਅਸੀਂ ਵੀ ਕੱਲ੍ਹ ਇੱਥੇ ਗੱਡੀ ਇੱਦਾਂ ਰੈਂਡਮਲੀ ਪਾਰਕ ਕਰ ਗਏ, ਬਟ ਇੱਥੇ ਇਹ ਆ ਵੀ ਕੋਈ ਸੇਫਟੀ ਆ, ਕੋਈ ਇੱਦਾਂ ਦਾ ਨਹੀਂ ਗਾ ਵੀ ਨੁਕਸਾਨ ਪਹੁੰਚਾ ਜਾਂ ਕੋਈ ਉੱਦਾਂ ਚੋਰੀ ਚਕਾਰੀ ਦਾ, ਇਹ ਇੱਥੇ ਡਰ ਨਹੀਂ। ਅਤੇ ਪਾਰਕਿੰਗ ਹੁਣ ਇੱਥੇ ਇੱਕ ਨਵੀਂ ਖੁੱਲ੍ਹ ਵੀ ਗਈ ਆ, ਬਟ ਤੁਸੀਂ ਉਹਦੇ ਨਾਲ ਜੇ ਤੁਸੀਂ ਇੱਥੇ ਕਿਤੇ ਆਉਂਦੇ ਵੀ ਹੋ ਤਾਂ ਨੋਰਮਲ ਆ ਗੱਡੀਆਂ ਪਾਰਕ ਹੋਈਆਂ ਨੇ, ਅਤੇ ਇੱਥੇ ਇੱਦਾਂ ਕਰ ਸਕਦੇ ਹੋ, ਕੋਈ ਇੱਦਾਂ ਦੀ ਗੱਲ ਨਹੀਂ। ਨਾਰਕੰਡਾ ਤੋਂ ਅਸੀਂ ਚੱਲ ਚੁੱਕੇ ਹਾਂ ਜੀ ਆਪਣੇ ਨਾਕੋ ਦੇ ਲਈ, ਤਕਰੀਬਨ 7:45 ਦਾ ਟਾਈਮ ਹੋ ਗਿਆ ਅਤੇ ਅੱਜ ਸਫ਼ਰ ਵੀ ਲੰਬਾ ਵਾ, ਅਤੇ ਕਹਿ ਦਈਏ ਕਿ ਅਸੀਂ ਰਾਸਤੇ ਤੋਂ ਵੀ, ਮੈਂ ਤਕਰੀਬਨ ਅੱਧਾ ਕੁ ਰਾਸਤੇ ਤੱਕ ਦਾ ਗਿਆ ਹੋਇਆ ਮੈਂ, ਅਤੇ ਅੱਧੇ ਰਾਸਤੇ ਦਾ ਪਤਾ ਵੀ ਨਹੀਂ, ਤਾਂ ਹੀ ਥੋੜ੍ਹਾ ਜਿਹਾ ਟਾਈਮ ਲੈ ਕੇ ਚੱਲੇ ਹਾਂ ਵੀ ਨਵਾਂ ਰਸਤਾ ਵਾ, ਪਤਾ ਨਹੀਂ ਕਿੱਦਾਂ ਦਾ ਮਾਹੌਲ ਹੋ। ਬਾਕੀ ਇੱਕ ਗੱਲ ਇਹ ਆ ਕਿ ਇਸ ਟਾਈਮ ਇੱਧਰ ਨੂੰ ਟੂਰਿਸਟ ਹੈ ਨਹੀਂ ਬਿਲਕੁਲ ਵੀ, ਜਿਹਦਾ ਸਾਨੂੰ ਇੱਕ ਪਲੱਸ ਪੁਆਇੰਟ ਇਹ ਮਿਲ ਰਿਹਾ ਕਿ ਇੱਕ ਤਾਂ ਰੋਡ ਕਲੀਅਰ ਮਿਲ ਰਹੇ ਨੇ, ਜ਼ਿਆਦਾ ਟ੍ਰੈਫਿਕ ਨਹੀਂ, ਦੂਜਾ ਇੰਨੇ ਹੋਟਲਾਂ ਦੇ ਜਾਂ ਆਪਣੇ ਹੋਮ ਸਟੇ ਇੰਨੀਆਂ ਭਰੀਆਂ ਨਹੀਂ, ਅਤੇ ਪਾਰਕਿੰਗ ਦਾ ਇਸ਼ੂ ਨਹੀਂ ਆ ਰਿਹਾ, ਅਤੇ ਬਾਕੀ ਇਨਵਾਇਰਮੈਂਟ ਬਹੁਤ ਵਧੀਆ ਤੁਸੀਂ ਆਹ ਦੇਖ ਹੀ ਰਹੇ ਹੋ। ਬਾਹਰ ਮੈਂ ਤੁਹਾਨੂੰ ਦੂਸਰਾ ਕੈਮਰਾ ਕਰਕੇ ਦਿਖਾਉਣਾ, ਅਤੇ ਮੌਸਮ ਆਪਣੇ ਇੱਧਰ ਜੈਕਟਾਂ ਪੈ ਗਈਆਂ, ਪਰ ਹੁਣ ਅਸੀਂ ਡਾਊਨ 'ਚ ਜਾ ਰਹੇ ਹਾਂ ਅਤੇ ਉੱਥੇ ਗਰਮੀ ਵਧੇਗੀ, ਫਿਰ ਥੋੜ੍ਹਾ ਰਾਮਪੁਰ ਬਸ਼ੇਰ ਸ਼ਹਿਰ ਆਏਗਾ, ਉੱਥੋਂ ਫਿਰ ਜਦੋਂ ਆਪਾਂ ਜਾਵਾਂਗੇ ਥੋੜ੍ਹੀ ਯਾਨੀ ਕਿ ਮੌਸਮ ਚੇਂਜ ਹੋਏਗਾ, ਅਤੇ ਹੁਣ ਸਾਨੂੰ ਅਸੀਂ ਯਾਨੀ ਕਿ ਰਸਤੇ ਦੇ ਵਿੱਚ ਹੀ ਸਾਨੂੰ 2-3 ਤਰ੍ਹਾਂ ਦੇ ਮੌਸਮ ਮਿਲ ਜਾਣੇ ਨੇ, ਅਤੇ ਨਾਕੋ ਤੱਕ ਪਹੁੰਚਦੇ ਪਹੁੰਚਦੇ ਬਾਕੀ ਤੁਹਾਨੂੰ ਵਿਊ ਦਿਖਾਉਂਦੇ ਹਾਂ, ਕਰੋ ਇੰਜੋਏ ਤੁਸੀਂ। ਇਹ ਸਤਲੁਜ ਰਿਵਰ ਆ ਜੀ, ਅਸੀਂ ਰਾਮਪੁਰ ਬਸ਼ੇਰ ਸ਼ਹਿਰ ਪਹੁੰਚ ਚੁੱਕੇ ਹਾਂ, ਇੱਥੋਂ ਇਹ ਸਤਲੁਜ ਰਿਵਰ ਸਟਾਰਟ ਹੁੰਦੀ ਆ, ਅਤੇ ਇੱਥੇ ਟੈਂਪਰੇਚਰ ਬਹੁਤ ਵੱਧ ਜਾਂਦਾ ਆਪਣੇ ਮਗਰਲੇ, ਚੱਲ ਵੀ ਕੋਈ ਨਾ ਕੋਈ ਚੱਲ, ਇੱਥੇ ਟੈਂਪਰੇਚਰ ਵੱਧ ਜਾਂਦਾ ਆਪਣੇ ਨਾਰਕੰਡਾ ਦੇ ਮੁਕਾਬਲੇ, ਕਿਉਂਕਿ ਅਸੀਂ ਡਾਊਨ ਦੇ ਵਿੱਚ ਆ ਜਾਂਦੇ ਨਾ, ਨਾਲ ਦੀ ਨਾਲ ਨਦੀ ਚੱਲ ਰਹੀ ਆ, ਅਤੇ ਬਿਲਕੁਲ ਹੁਣ ਆਪਾਂ ਡਾਊਨ 'ਚ ਆ ਗਏ ਪਹਾੜੀ ਦੇ। ਅਸੀਂ ਸਪੀਤੀ ਦੇ ਰਸਤੇ 'ਤੇ ਹਾਂ ਜੀ, ਨਾਕੋ ਦੇ ਰਸਤੇ 'ਤੇ ਹਾਂ, ਅਤੇ ਆ ਥੋੜ੍ਹੀ ਜਗ੍ਹਾ ਦੇ ਵਿੱਚ ਰੁਕੇ ਜੀ, ਆ ਪਿੱਛੇ ਤੁਸੀਂ ਦੇਖੋ ਉੱਪਰ ਸਨੋਫਾਲ ਹੋ ਰਹੀ ਹੈ ਇਸ ਟਾਈਮ, ਅਤੇ ਸਾਹਮਣੇ ਮੈਨੂੰ ਨਹੀਂ ਲੱਗਦਾ ਕੈਮਰੇ ਦੇ ਵਿੱਚ ਉਹ ਪਹਾੜੀਆਂ ਆ ਰਹੀਆਂ ਨੇ, ਸਾਹਮਣੇ ਪਹਾੜ ਤਕਰੀਬਨ ਬਰਫ਼ ਦੇ ਨਾਲ ਭਰੇ ਪਏ ਨੇ, ਅਤੇ ਇਸ ਟਾਈਮ ਇੱਥੇ ਮੀਂਹ ਵੀ ਪੈ ਰਿਹਾ, ਹਵਾ ਵੀ ਚੱਲ ਰਹੀ ਆ, ਅਤੇ ਟੈਂਪਰੇਚਰ ਇਸ ਟਾਈਮ ਇੱਥੋਂ ਦਾ ਹੋ ਚੁੱਕਿਆ ਜੀ ਤਕਰੀਬਨ 11 ਡਿਗਰੀ ਦੇ ਆਸ ਪਾਸ, ਅਤੇ ਦੁਪਹਿਰ ਦੇ 3 ਵਜੇ ਦਾ ਟਾਈਮ ਆ, ਅਤੇ ਜਿਵੇਂ ਅਸੀਂ ਵੈਦਰ ਚੈੱਕ ਕੀਤਾ ਉਹਦੇ ਵਿੱਚ ਵੀ ਅੱਜ ਲਾਈਟ ਸਨੋਅ ਦਾ ਉਹਨਾਂ ਨੇ ਦੱਸਿਆ ਵਾ ਵੀ ਨਾਕੋ ਦੇ ਵਿੱਚ ਲਾਈਟ ਸਨੋਅ ਹੋ ਸਕਦੀ ਆ, ਅਤੇ ਮੌਸਮ ਤਕਰੀਬਨ ਜੇ ਮੰਨ ਕੇ ਚੱਲੀਏ ਤਾਂ ਖਰਾਬ ਹੋ ਚੁੱਕਿਆ, ਅਤੇ ਸਾਡੀ ਵੀ ਕੋਸ਼ਿਸ਼ ਇਹ ਆ ਵੀ ਜਲਦੀ ਤੋਂ ਜਲਦੀ ਇੱਥੇ ਨਿਕਲੀਏ, ਅਤੇ ਮਗਰ ਵੀ ਤਕਰੀਬਨ ਸਾਰੇ ਬੱਦਲ ਆ ਚੁੱਕੇ ਨੇ, ਅਤੇ ਉੱਪਰ ਪਹਾੜਾਂ ਦੇ ਜੇ ਤੁਹਾਨੂੰ ਕੈਮਰੇ 'ਚ ਦਿਖਦਾ ਹੋਵੇ ਤਾਂ ਲਾਈਟ ਸਨੋਅ ਹੋ ਰਹੀ ਆ, ਉੱਥੇ ਸਨੋਅ ਹੋ ਰਹੀ ਆ ਉੱਪਰ, ਅਤੇ ਹੁਣ ਅਸੀਂ ਇੱਥੋਂ ਨਿਕਲਦੇ ਹਾਂ, ਇੱਕ ਮੈਂ ਤੁਹਾਨੂੰ ਸਾਹਮਣੇ ਵਿਊ ਦਿਖਾਉਣਾ ਉੱਪਰ ਪਹਾੜੀਆਂ ਦੇ ਉੱਪਰ, ਇੱਥੇ ਬਰਫ਼ ਪਈ ਪਈ ਆ, ਆਹ ਸਾਹਮਣੇ ਜੀ ਪਹਾੜੀਆਂ ਨੇ ਨਾਕੋ ਦੀਆਂ ਜਿੱਥੇ ਅਸੀਂ ਜਾਣਾ ਵਾ ਇਹ ਜਗ੍ਹਾ ਦੇ ਉੱਤੇ, ਅਤੇ ਤਕਰੀਬਨ ਸਨੋਅ ਕਵਰਡ ਨੇ ਸਾਰੀਆਂ, ਅਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ। ਅਤੇ ਇਸ ਟਾਈਮ ਇੱਧਰ ਵੀ ਤੁਸੀਂ ਦੇਖੋ ਆਹ ਉੱਪਰ ਲਾਈਟ ਸਨੋਅ ਹੋ ਰਹੀ ਆ, ਇਹ ਉੱਪਰਲੇ ਜੰਗਲ ਆ ਉਹਦੇ ਵਿੱਚ ਬੱਦਲ ਤਕਰੀਬਨ ਪੂਰੇ ਘਿਰ ਚੁੱਕੇ ਆ, ਅਤੇ ਮੌਸਮ ਖਰਾਬ ਹੋ ਚੁੱਕਿਆ, ਇੱਥੇ 3:30 ਦਾ ਟਾਈਮ ਆ, ਅਤੇ ਅਸੀਂ ਵੀ ਹੁਣ ਜਲਦੀ ਤੋਂ ਜਲਦੀ ਨਿਕਲਦੇ ਹਾਂ ਇੱਥੋਂ। ਇਹ ਸਾਡੀ ਹੋਮ ਸਟੇ ਆ ਜੀ, ਆਹ ਨਾਕੋ ਪਿੰਡ ਆ, ਅਤੇ ਇੱਥੇ ਅਸੀਂ ਆ ਕੇ ਰੁਕੇ ਹਾਂ, ਅਤੇ ਇਹ ਸਾਡਾ ਰੂਮ ਆ, ਮੈਂ ਤੁਹਾਨੂੰ ਰੂਮ ਵੀ ਦਿਖਾ ਦਿੰਦਾ, ਬਾਅਦ 'ਚ ਤਾਂ ਫਿਰ ਗੰਦ ਪੈ ਜਾਂਦਾ। ਅਤੇ ਇਹ ਸਾਨੂੰ ਰੂਮ ਮਿਲਿਆ 300 ਰੁਪਈਆ ਪਰ ਹੈੱਡ ਦੇ ਵਿੱਚ, ਯਾਨੀ ਕਿ ਇੱਥੇ ਮੇਰੇ ਖਿਆਲ ਆ ਵਾਸ਼ਰੂਮ ਵੀ ਕਾਫੀ ਵਧੀਆ ਠੀਕ ਆ, ਸਾਰ ਨੀਟ ਐਂਡ ਕਲੀਨ ਆ, ਵੀ ਇੱਥੇ ਰੂਮ ਉੱਦਾਂ ਨਹੀਂ ਮਿਲਦੇ ਵੀ ਪਰ ਹੈੱਡ ਦੇ ਹਿਸਾਬ ਨਾਲ ਨਹੀਂ ਮਿਲਦੇ, ਜਿਵੇਂ ਅਸੀਂ 3 ਜਣੇ ਤਾਂ ਸਾਨੂੰ 300 ਰੁਪਈਆ ਪਰ ਹੈੱਡ ਦੇ ਹਿਸਾਬ ਨਾਲ ਮਿਲਿਆ। ਇੱਥੇ ਦੋ ਬੈੱਡ ਆ, ਅਤੇ ਇੱਧਰਲੀ ਸਾਈਡ ਇੱਕ ਉਹ ਬੋਲੇ ਐਕਸਟਰਾ
ਉਹਨਾਂ ਨੇ ਕਿਹਾ ਕਿ ਐਕਸਟਰਾ ਬੈੱਡ ਲਗਾ ਦਾਂਗੇ ਨਾਲ, ਅਤੇ ਉਹ ਤੁਹਾਨੂੰ ਉੱਤੇ ਕੰਬਲ ਜਾਂ ਚਾਦਰ ਵਗੈਰਾ ਦੇ ਦਾਂਗੇ, ਆ ਰਾਤ ਨੂੰ ਬੋਨ ਫਾਇਰ ਕਰਨ ਨੂੰ। ਅਤੇ ਸਾਹਮਣੇ ਆ ਤੁਸੀਂ ਪਹਾੜੀਆਂ ਦੇਖ ਸਕਦੇ ਨਾਕੋ ਪਿੰਡ ਦੀਆਂ, ਅਤੇ ਬਾਕੀ ਤੁਹਾਨੂੰ ਹੋਰ ਵੀ ਦਿਖਾਵਾਂਗੇ ਇੱਥੇ ਜਿਹਨੂੰ ਆਪਾਂ ਬੁਖਾਰੀ ਕਹਿ ਦਿੰਦੇ ਹਾਂ, ਵੀ ਰਾਤ ਨੂੰ ਖਾਣਾ ਖਾਣ ਵੇਲੇ ਅਤੇ ਕਿੱਥੇ ਖਾਣਾ ਵਗੈਰਾ ਤਿਆਰ ਹੁੰਦਾ ਅਤੇ ਕੀ ਆ ਉਹ ਤੁਹਾਨੂੰ ਦਿਖਾਉਂਦੇ ਹਾਂ ਹੁਣ। ਉਹ ਇਹ ਵਾਲਾ ਰੂਮ ਆ ਜੀ, ਇਹ ਬੁਖਾਰੀ ਚੱਲਦੀ ਆ ਅਤੇ ਹੀਟ ਫੈਲਦੀ ਆ ਸਾਰੇ ਕਮਰੇ 'ਚ, ਅਤੇ ਰਾਤ ਨੂੰ ਇੱਥੇ ਬਹਿ ਕੇ ਤਕਰੀਬਨ ਜਿੰਨੇ ਵੀ ਗੈਸਟ ਹੁੰਦੇ ਨੇ ਖਾਣਾ ਵਗੈਰਾ ਖਾਂਦੇ ਨੇ। ਇਹ ਨਾਕੋ ਪਿੰਡ ਦੀ ਮੋਨੈਸਟਰੀ ਆ ਜੀ, ਅਤੇ ਇੱਥੋਂ ਹੀ ਲੇਕ ਦੇ ਲਈ ਰਸਤਾ ਚੱਲਦਾ ਜੇ ਨਿਕਲਦਾ ਵਾ, ਉਹ ਸਾਹਮਣੇ ਪਹਾੜਾਂ ਦੇ ਵਿੱਚ ਟਰੈਕਿੰਗ ਕਰਕੇ ਜਾਣਾ ਪੈਂਦਾ 15-20 ਮਿੰਟ ਦਾ ਰਸਤਾ, ਸ਼ਾਇਦ ਤੁਹਾਨੂੰ ਸਾਹਮਣੇ ਦੱਸਦਾ ਵੀ ਹੋਏਗਾ। ਅਤੇ ਉੱਪਰ ਜਾ ਕੇ ਤੁਹਾਨੂੰ ਲੇਕ ਵੀ ਦਿਖਾਉਂਦੇ ਹਾਂ, ਜਿਹੜੀ ਨਾਕੋ ਲੇਕ ਆ। ਥੈਂਕ ਯੂ ਥੈਂਕ ਯੂ। ਹਾਂ ਹਾਂ ਲੇਕ ਦੇਖਣ ਚੱਲੇ। ਤੁਸੀਂ ਦੇਖ ਰਹੇ ਹੋ ਜੀ, ਇਹ ਸਾਰਾ ਨਾਕੋ ਪਿੰਡ ਹੈ, ਬਹੁਤ ਸੋਹਣਾ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਇਹ ਪਿੰਡ ਆ, ਅਤੇ ਕਾਫੀ ਪੁਰਾਣੇ ਘਰ ਨੇ ਇਸ ਪਿੰਡ ਦੇ ਵਿੱਚ ਇਹ ਬਣੇ ਹੋਏ ਜਿਹੜੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ। ਕਿਉਂਕਿ ਇਹ ਪਿੰਡ ਦੁਨੀਆ ਦੇ ਨਾਲੋਂ ਤਕਰੀਬਨ 7 ਤੋਂ 8 ਮਹੀਨੇ ਕੱਟਿਆ ਰਹਿੰਦਾ ਬਰਫ਼ਬਾਰੀ ਜ਼ਿਆਦਾ ਹੋਣ ਦੇ ਕਾਰਨ, ਅਤੇ ਉਸ ਦੀ ਵਜ੍ਹਾ ਕਰਕੇ ਇੱਥੇ ਇੰਨੀ ਮਾਡਰਨਾਈਜੇਸ਼ਨ ਨਹੀਂ ਹੋਈ ਇਹ ਪਿੰਡ ਦੇ ਵਿੱਚ। ਜਦੋਂ ਤੁਸੀਂ ਜਾਂਦੇ ਹੋ ਇੱਕ ਵਾਰ ਇਸ ਪਿੰਡ ਦੇ ਵਿੱਚ ਤੁਸੀਂ ਇੱਕ ਰਾਤ ਜ਼ਰੂਰ ਸਟੇ ਕਰੋ, ਬਹੁਤ ਸੋਹਣਾ ਪਿੰਡ ਆ। ਤੁਸੀਂ ਅੱਗੇ ਦੇਖੋ ਕਿਵੇਂ ਇਹਨਾਂ ਨੇ ਆਪਣਾ ਪ੍ਰਾਚੀਨ ਆਪਣਾ ਵਿਰਸਾ ਕਿਵੇਂ ਸੰਭਾਲ ਕੇ ਰੱਖਿਆ, ਇਹ ਸਾਰੇ ਇੱਥੋਂ ਦੇ ਪੁਰਾਣੇ ਘਰ ਨੇ। ਹਾਂਜੀ ਹੋਰ ਜੀ, ਠੀਕ ਹੋ ਆਪ? ਬਸ ਬਸ ਵਧੀਆ, ਆਪਕੋ ਦੇਖ ਕੇ ਆਪਣੇ ਵੋ ਇੱਧਰ ਹੀ ਲੇਕ। ਠੀਕ ਹੈ ਠੀਕ ਹੈ, ਹੋਰ ਸਿਹਤ ਠੀਕ ਹੈ? ਠੀਕ ਹੈ। ਆਪਾਂ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਨਾ, ਇੱਧਰ ਜੇ ਕੋਈ ਮਿਲੇ ਉਹਨੂੰ ਦੇਖ ਕੇ ਕਹਿਣਾ ਝੂਲੇ ਝੂਲੇ ਝੂਲੇ। ਆਹ ਸਾਰੇ ਸੇਬਾਂ ਦੇ ਬਾਗ ਆ ਜੀ, ਦੇਖ ਰਹੇ ਹੋ ਜੀ ਇਹ ਨਾਕੋ ਲੇਕ ਆ। ਇਹ ਨਾਕੋ ਪਿੰਡ ਦੇ ਵਿਚਾਲੇ ਆ, ਅਤੇ ਤਕਰੀਬਨ ਇੱਥੋਂ ਦੇ ਜਾਨਵਰ ਹੋ ਗਏ ਜਾਂ ਇੱਥੋਂ ਦੇ ਆਪਾਂ ਲੋਕ ਕਹੀਏ, ਉਹਨਾਂ ਦਾ ਪਾਣੀ ਦਾ ਵਾਟਰ ਦਾ ਜੋ ਮੇਨ ਸੋਰਸ ਆ ਉਹ ਇਹ ਨਦੀ ਇਹ ਲੇਕ ਹੀ ਆ। ਇਹਦੇ ਵਿੱਚ ਬਰਫ਼ ਸਰਦੀਆਂ ਦੇ ਵਿੱਚ ਸਾਰੀ ਜੰਮ ਜਾਂਦੀ ਆ, ਇਹਦੇ ਉੱਤੇ ਆਪਾਂ ਜਾਣੀ ਕਿ ਤੁਸੀਂ ਚੱਲ ਸਕਦੇ ਹੋ, ਇਹ 4-5-6 ਫੁੱਟ ਇੱਥੇ ਬਰਫ਼ ਹੁੰਦੀ ਆ, ਅਤੇ ਤਕਰੀਬਨ ਆ ਗਰਾਊਂਡ ਦੇ ਬਰਾਬਰ ਆ ਜਾਂਦੀ ਆ। ਅਤੇ ਪਰ ਇਸ ਟਾਈਮ ਇਹ ਹੁਣ ਬਰਫ਼ ਖੋਰ ਚੁੱਕੀ ਹੈ ਜੋ ਕਿ ਆਕਸੀਜਨ ਆ, ਅਤੇ ਆ ਇਹ ਆਪਣੀਆਂ ਵਾਦੀਆਂ ਨੇ ਇੱਥੋਂ ਦੀਆਂ। ਤਕਰੀਬਨ ਟਾਈਮ ਹੋ ਚੁੱਕਿਆ ਸ਼ਾਮ ਦੇ 6:30 ਦੇ ਆਸ ਪਾਸ।